ਤੇ ਆਖਿਰਕਾਰ ਬ੍ਰੈਂਪਟਨ ਸਿਟੀ ਕੌਂਸਲ ਨੇ ਪੀਟਰ ਰੌਬਸਨ ਬੁਲੇਵਾਰਡ ਅਤੇ ਡਿਕਸੀ ਰੋਡ ਦੇ ਗ੍ਰੇਟ ਲੇਕਸ ਆਫ ਬ੍ਰੈਂਪਟਨ ਵਿਚਾਲੇ ਸੜਕ ਨੂੰ ਗੁਰੂ ਨਾਨਕ ਸਟਰੀਟ ਵਜੋਂ ਨਾਮ ਦੇ ਦਿੱਤਾ। ਇਸ ਨਾਮ ਦੀਆਂ ਪਲੇਟਾਂ ਹੁਣ ਸੜਕ ਤੇ ਦਿਸਣ ਲੱਗ ਪਈਆਂ ਨੇ। ਇਸਦਾ ਰਸਮੀ ਤੌਰ ਤੇ ਉਦਘਾਟਨ ਹੋਇਆ, ਜਿਸ ਵਿੱਚ ਬ੍ਰੈਂਪਟਨ ਦੇ ਐਮ ਪੀ, ਐਮ ਪੀ ਪੀ, ਕੌਂਸਲਰ, ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਮਿਊਨਿਟੀ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇੱਥੇ ਦੱਸਣਯੋਗ ਹੈ ਕਿ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਨੇ ਇੱਕ ਮਤਾ ਪੇਸ਼ ਕੀਤਾ ਸੀ ਕਿ ਬ੍ਰੈਂਪਟਨ ਵਿੱਚ ਇਸ ਸੜਕ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਿਆ ਜਾਵੇ, ਜਿਸ ਨੂੰ ਕਿ ਅਮਲੀ ਜਾਮਾ ਪਹਿਨਾ ਦਿੱਤਾ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਵਿੱਚ ਇੱਕ ਸੜਕ ਦਾ ਨਾਂ ਗੁਰੂ ਸਾਹਿਬਾਨ ਦੇ ਨਾਂ 'ਤੇ ਰੱਖਿਆ ਗਿਆ। ਇਸ ਮਾਰਗ ਦਾ ਉਦਘਾਟਨ ਸਿੱਖ ਭਾਈਚਾਰੇ ਅਤੇ ਸਥਾਨਕ ਨਗਰ ਪਾਲਿਕਾ ਵੱਲੋਂ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਸੜਕ ਦਾ ਪਹਿਲਾ ਨਾਂ ਡਿਕਸੀ ਰੋਡ ਸੀ, ਜਿਸ ਨੂੰ ਬਦਲ ਕੇ ਗੁਰੂ ਨਾਨਕ ਸਟਰੀਟ ਕਰ ਦਿੱਤਾ ਗਿਆ। ਹੁਣ ਪੀਟਰ ਰੌਬਸਨ ਬੁਲੇਵਾਰਡ ਦਾ ਇੱਕ ਹਿੱਸਾ ਬ੍ਰੈਂਪਟਨ ਦੇ ਸਾਬਕਾ ਮੇਅਰ ਦੇ ਨਾਂ ਦੇ ਜਾਰੀ ਰਹੇਗਾ, ਪਰ ਡਿਕਸੀ ਰੋਡ ਅਤੇ ਗ੍ਰੇਟ ਲੇਕਸ ਰੋਡ ਦੇ ਵਿਚਕਾਰਲੇ ਹਿੱਸੇ ਦਾ ਨਾਮ ਗੁਰੂ ਨਾਨਕ ਸਟਰੀਟ ਰੱਖਿਆ ਗਿਆ। 550ਵਾਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਆਪਾਂ ਦਿਹਾੜਾ ਮਨਾ ਰਹੇ ਹਾਂ, ਉਹਦੇ 'ਤੇ ਪਿਛਲੇ ਸਾਲ ਤੋਂ ਵੱਖ ਵੱਖ ਪ੍ਰੋਗਰਾਮ ਚੱਲ ਰਹੇ ਆ ਵੀ ਗੁਰੂ ਨਾਨਕ ਸਾਹਿਬ ਨੂੰ ਟ੍ਰਿਬਿਊਟ ਕਿਵੇਂ ਕੀਤਾ ਜਾਵੇ ਅਤੇ ਉਹਨਾਂ ਦੀਆਂ ਸਿੱਖਿਆਵਾਂ 'ਤੇ ਕਿਵੇਂ ਚੱਲਿਆ ਜਾਵੇ। ਉਹਦੇ ਵਿੱਚੋਂ ਹੀ ਸਾਡੇ ਸਿਟੀ ਕੌਂਸਲਰ ਨੇ ਸਾਰੇ ਹੀ ਇਸ ਦੇ ਵਿੱਚ, ਵੈਸੇ ਤਾਂ ਉਹਨਾਂ ਨੇ ਸਹਿਯੋਗ ਦਿੱਤਾ ਇਹਦੇ ਵਿੱਚ, ਜਿਹੜਾ ਕੰਮ ਕੀਤਾ ਆਪਣੇ ਗੁਰਪ੍ਰੀਤ ਸਿੰਘ ਅਤੇ ਹਰਕੀਰ ਸਿੰਘ ਹੋਣਾ ਨੇ ਜਿਹੜੇ ਇਸੇ ਹੀ ਏਰੀਏ ਦੇ ਕੌਂਸਲਰ ਨੇ, ਜਿਹੜੀ ਆਪਣੀ ਡੈਕਸੀ ਤੋਂ ਲੈ ਕੇ ਗ੍ਰੇਟ ਲੇਕ ਤੱਕ ਪੀਟਰ ਰੌਬਰਟਸਨ ਬੁਲੇਵਾਰਡ ਨਾਂ ਸੀ, ਉਹਨੂੰ ਚੇਂਜ ਕਰਕੇ ਇਹਦਾ ਗੁਰੂ ਨਾਨਕ ਸਟਰੀਟ ਨਾਂ ਰੱਖਿਆ ਗਿਆ। ਆਪਣਾ ਜਿਹੜਾ ਗੁਰਦੁਆਰਾ ਸਾਹਿਬ ਦਾ ਇੱਕੋ ਹੀ ਇਹ ਐਡਰੈਸ ਆ, ਇਹਦੇ 'ਤੇ ਹੋਰ ਕੋਈ ਪ੍ਰੋਪਰਟੀ ਨਹੀਂ ਆਉਂਦੀ, ਸੋ ਇਸ ਕਰਕੇ ਥੋੜ੍ਹਾ ਜਿਹਾ ਸੌਖਾ ਵੀ ਹੋਇਆ। ਇਹਦੇ ਨਾਲ ਨਾਲ ਅਸੀਂ ਮੇਅਰ ਦਾ, ਸਾਰੀ ਕੌਂਸਲ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਟ੍ਰਿਬਿਊਟ ਆ ਬ੍ਰੈਂਪਟਨ ਦੇ ਵਿੱਚ, ਜਿੱਥੇ ਸਾਡੀ ਬਹੁਤ ਵੱਡੀ ਵਸੋਂ ਵੱਸਦੀ ਆ। ਅਤੇ ਹੁਣ 2 ਵਜੇ ਜਿਹੜੀ ਰੋਡ ਆ ਇਹ ਇੱਥੋਂ ਡੈਕਸੀ ਰੋਡ ਤੋਂ ਲੈ ਕੇ ਜਿੱਥੇ ਆਪਾਂ ਖੜ੍ਹੇ ਹਾਂ ਗ੍ਰੇਟ ਲੇਕ ਤੱਕ, ਇਹਦਾ ਨਾਂ ਜਿਹੜਾ ਗੁਰੂ ਨਾਨਕ ਸਟਰੀਟ ਹੋ ਜਾਵੇਗਾ। 2 ਵਜੇ ਅਫਿਸ਼ਲੀ ਸਿਟੀ ਵਾਲੇ ਆਉਣਗੇ, ਸਾਡੇ ਕੌਂਸਲਰ ਸਾਹਿਬਾਨ ਅਤੇ ਮੇਅਰ ਸਾਹਿਬਾਨ, ਉਹ ਆ ਕੇ ਜਿਹੜਾ ਅਫਿਸ਼ਲੀ ਇਹਦਾ ਅਨਾਊਂਸ ਕਰਨਗੇ ਅਤੇ ਉਸ ਤੋਂ ਬਾਅਦ ਇਹਦਾ ਜਿਹੜਾ ਅਫਿਸ਼ਲ ਐਡਰੈਸ ਆ ਉਹ ਗੁਰੂ ਨਾਨਕ ਸਟਰੀਟ ਹੋ ਜਾਵੇਗਾ ਜੀ। ਖਾਸ ਤੌਰ 'ਤੇ ਗੁਰੂ ਨਾਨਕ ਮਿਸ਼ਨ ਸੈਂਟਰ ਦੀ ਮੈਨੇਜਮੈਂਟ ਔਰ ਇਹਨਾਂ ਦੇ ਨਾਲ ਸਿਟੀ ਕੌਂਸਲ ਦਾ ਜਿਹੜਾ ਆਪਸ 'ਚ ਜਿਹੜੀ ਡੀਲ ਜਾਂ ਡੀਲ ਕਹਿ ਲਓ ਜਾਂ ਕਿ ਜਿਹੜਾ ਸਿਟੀ ਕੌਂਸਲ ਨੇ ਪਾਸ ਕੀਤਾ ਹੈ ਕਿ ਚੇਂਜ ਦਾ ਰੋਡ ਨੇਮ ਫਰੋਮ ਪੀਟਰ ਰੌਬਰਟਸਨ ਟੂ ਗੁਰੂ ਨਾਨਕ ਸਟਰੀਟ ਫਰੋਮ ਡਿਕਸੀ ਟੂ 20 ਮਾਲ ਤੱਕ, ਤਾਂ ਇਹ ਬਹੁਤ ਵਧੀਆ ਉਪਰਾਲਾ ਹੋਇਆ ਹੈ। 20 ਮਾਲ ਤੱਕ ਹੀ ਹੈ ਨਾ? ਹਾਂਜੀ 20 ਮਾਲ ਤੱਕ, ਤਾਂ ਗ੍ਰੇਟ ਲੇਕਸ ਜਿਹਨੂੰ ਕਹਿੰਦੇ ਹੈਗੇ ਨੇ, ਤਾਂ ਉਹ ਸਾਰੀ ਸਟਰੀਟ ਜਿਹੜੀ ਹੈ ਐਜ਼ ਏ ਗੁਰੂ ਨਾਨਕ ਮਾਰਕ, ਔਰ ਸਪੈਸ਼ਲੀ ਦਿਸ ਬੀਂਗ ਏ 550th ਈਅਰ ਆਫ ਗੁਰੂ ਨਾਨਕ, ਅੱਜ ਸਾਰੀ ਲੋਕਾਈ ਨੂੰ ਔਰ ਸਾਰੇ ਵਰਲਡ ਨੂੰ ਪਤਾ ਲੱਗ ਚੁੱਕਾ ਹੈ ਕਿ ਗੁਰੂ ਨਾਨਕ ਕੌਣ ਸੀ। ਸਿੱਖ ਲੇਵਾ ਸੰਗਤ ਜਿਹੜੀ ਹੈ, ਸਿੱਖ ਨਾਮ ਲੇਵਾ, ਸਿੱਖ ਗੁਰੂ ਨਾਨਕ ਲੇਵਾ ਸੰਗਤ ਜਿਹੜੀ ਅੱਜ ਆਲ ਓਵਰ ਦਾ ਵਰਲਡ ਪਤਾ ਲੱਗ ਰਿਹਾ ਹੈਗਾ। ਖਾਸ ਤੌਰ 'ਤੇ ਇਹ ਚੀਜ਼ ਜਿਹੜੀ ਹੈ ਆਪਣੀ ਕਮਿਊਨਿਟੀ ਨੂੰ ਤਾਂ ਵਧਾਈ ਹੈਗੀ ਆ। ਆਈ ਰੀਅਲੀ ਐਪਰੀਸ਼ੀਏਟ ਕੈਨੇਡੀਅਨਸ ਜਿਹੜੇ ਕਿ ਅੰਡਰਸਟੈਂਡ ਕਰਦੇ ਨੇ ਕਿ ਦਾ ਚੇਂਜ ਜਿਹੜਾ ਇਸ ਵਰਲਡ 'ਤੇ ਆ ਰਿਹਾ, ਔਰ ਸਪੈਸ਼ਲੀ ਕੈਨੇਡਾ ਜਿਹੜਾ ਚੇਂਜ ਆ ਰਿਹਾ। ਗੁਰੂ ਨਾਨਕ ਸਟਰੀਟ ਨਾਂ 'ਤੇ ਕੋਈ ਸਟਰੀਟ ਬਣੀ ਆ? ਨਾਨਕ ਸਟਰੀਟ ਦੇ ਨਾਂ 'ਤੇ ਬਣੀਆਂ ਹੋਣਗੀਆਂ, ਪਰ ਗੁਰੂ ਨਾਨਕ ਸਟਰੀਟ ਇਹ ਪਹਿਲੀ ਵਾਰ ਕੈਨੇਡਾ ਵਿੱਚ ਹੋਇਆ, ਜਿਹਦੇ ਵਾਸਤੇ ਸਾਡੀ ਸਿਟੀ ਕੌਂਸਲ, ਬ੍ਰੈਂਪਟਨ ਦੀ ਸਿਟੀ ਕੌਂਸਲ, ਸਾਰੀ ਸਿਟੀ ਕੌਂਸਲ, ਉਹਦੇ ਵਿੱਚ ਖਾਸ ਕਰਕੇ ਹਰਕੀਰਤ ਸਿੰਘ ਕੌਂਸਲਰ ਅਤੇ ਗੁਰਪ੍ਰੀਤ ਸਿੰਘ ਢਿੱਲੋਂ ਜਿਹੜੇ ਹੈਗੇ ਰੀਜਨਲ ਕੌਂਸਲ, ਉਹ ਦੋਨਾਂ ਦੇ ਉਪਰਾਲੇ ਅਤੇ ਨਾਲ ਦੀ ਨਾਲ ਜਿਹੜੀ ਗੁਰੂ ਨਾਨਕ ਮਿਸ਼ਨ ਸੈਂਟਰ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਹੈ, ਉਹ ਸਾਰਿਆਂ ਦੇ ਤਾਲਮੇਲ ਨਾਲ ਸਾਰਾ ਕੁਛ ਹੋਇਆ ਜੀ। ਅਤੇ ਇਹ ਸਟਰੀਟ ਅੱਜ ਤੋਂ ਬਾਅਦ ਗੁਰੂ ਨਾਨਕ ਸਟਰੀਟ ਗਿਣੀ ਜਾਊਗੀ ਫਰੋਮ ਡਿਕਸੀ ਰੋਡ ਟੂ ਗ੍ਰੇਟ ਲੇਕਸ। ਗੁਰੂ ਨਾਨਕ ਸਾਹਿਬ ਦੇ ਲਈ ਇਹਨਾਂ ਨੇ, ਹਰਕੀਰਤ ਨੇ ਔਰ ਗੁਰਪ੍ਰੀਤ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ, ਔਰ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਜਿਹੜੀ ਰੋਡ ਆ ਉਹ ਇੱਥੇ ਵਿਦੇਸ਼ ਦੇ ਵਿੱਚ ਜਿਹੜੀ ਆ ਉਹਦੇ ਦੇ ਲਈ ਮਤਲਬ ਇੰਤਜ਼ਾਮ ਕੀਤਾ ਹੈ। ਅਸੀਂ ਸਾਰੀ ਕਮਿਊਨਿਟੀ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਔਰ ਬੜੇ ਖੁਸ਼ ਹਾਂ, ਔਰ ਅਸੀਂ ਇਸੇ ਕਰਕੇ ਬੜੇ ਹੁਮੋ ਹੁਮਾ ਕੇ ਅੱਜ ਇਸ ਉਦਘਾਟਨ ਦੇ ਮੌਕੇ ਪਹੁੰਚੇ ਹਾਂ। ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਕਮਿਊਨਿਟੀ ਹੋਰ ਚੜ੍ਹਦੀ ਕਲਾ ਦੇ ਵਿੱਚ ਜਾਵੇ,
ਤੇ ਗੁਰੂ ਨਾਨਕ ਪਾਤਸ਼ਾਹ ਦੀ ਸਾਡੇ ਉੱਤੇ ਇਸੇ ਤਰ੍ਹਾਂ ਮਿਹਰ ਰਹੇ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਕਮਿਊਨਿਟੀ ਨੂੰ ਇਸ ਚੀਜ਼ ਦੀ ਬਹੁਤ ਬਹੁਤ ਵਧਾਈ ਦਿੰਦੀ ਹਾਂ ਕਿ ਜਿਹੜਾ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਉੱਤੇ ਅਸੀਂ ਇਸ ਸਟਰੀਟ ਦਾ ਨਾਮ ਰੱਖ ਰਹੇ ਹੈਗੇ ਹਾਂ। ਸੋ ਸਾਡੇ ਬੱਚਿਆਂ ਦੇ ਲਈ ਵੀ ਇਹ ਬਹੁਤ ਹੀ ਵੱਡੀ ਗੱਲ ਹੈਗੀ ਹੈ ਕਿ ਉਹ ਜਦੋਂ ਸਟਰੀਟ ਦਾ ਨਾਮ ਦੇਖਣਗੇ ਇੱਕ ਤਾਂ ਪ੍ਰਾਊਡ ਫੀਲ ਕਰਦੇ ਨੇ ਅਤੇ ਨਾਲ ਦੀ ਨਾਲ ਉਹ ਦੇਖਦੇ ਹੈਗੇ ਨੇ ਕਿ ਇਹਨਾਂ ਦੀਆਂ ਟੀਚਿੰਗਸ ਕੀ ਸੀਗੀਆਂ। ਸੋ ਅਸੀਂ ਇਹਨਾਂ ਦੀਆਂ ਟੀਚਿੰਗਸ ਦੀ ਫਿਰ ਇਸ ਤੋਂ ਅੱਗੇ ਗੱਲ ਕਰਦੇ ਹੈਗੇ ਹਾਂ। ਸੋ ਕਾਊਂਸਲਰ ਹਰਕੀਰਤ ਸਿੰਘ ਗੁਰਪ੍ਰੀਤ ਢਿੱਲੋਂ ਦੇ ਵੀ ਬਹੁਤ ਬਹੁਤ ਧੰਨਵਾਦ, ਅਤੇ ਉਹ ਬਹੁਤ ਹੀ ਮੈਂ ਕਹਾਂਗੀ ਕਿ ਸ਼ਲਾਘਾ ਜੋ ਕਦਮ ਹੈਗਾ ਜਿਹੜਾ ਉਹਨਾਂ ਨੇ ਚੁੱਕਿਆ। ਸੋ ਸਾਰੀ ਕਮਿਊਨਿਟੀ ਨੂੰ ਇੱਕ ਵਾਰੀ ਫੇਰ ਤੋਂ ਇਸ ਚੀਜ਼ ਤੇ ਬਹੁਤ ਬਹੁਤ ਵਧਾਈਆਂ। We're here in front of the Guru Nanak Gurdwara and we just want to offer our congratulations to the Sikh community here in the city of Brampton. Together with council we were able to achieve this great renaming of the streets. That means that the Guru Nanak Gurdwara will forever be on Guru Nanak streets. And so it's our pleasure to make the community better work for all of its citizens, and we're very proud of this decision. We want to thank Councillor Singh and Councillor Dillon for bringing this initiative to council, and we want to thank all members of council and the mayor for supporting this, and we support you always. Well, this is a very special day for the city of Brampton. We really believe our streets, our parks should represent the mosaic of the city. To have this street unveiling for Guru Nanak's 550th anniversary, to have this street now as a symbol of his teachings, of his legacy, and he had such a beautiful message. I think this is a special day for the city, and it's an honor to be here for that unveiling.